ਅੱਜ ਸੰਯੁਕਤ ਸਮਾਜ ਮੋਰਚੇ ਵੱਲੋਂ ਆਪਣਾ ਚੋਣ ਘੋਸ਼ਣਾ ਪੱਤਰ ਇਕਰਾਰਨਾਮਾ ਜਾਰੀ ਕਰ ਦਿੱਤਾ ਗਿਆ। ਗੱਲ ਕੀਤੀ ਜਾ ਰਹੀ ਹੈ ਉਹਦੇ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਲਈ ਖੜ੍ਹੇ ਹੋਣ ਦੀ। ਪਰ ਕਿਤੇ ਨਾ ਕਿਤੇ ਸੰਯੁਕਤ ਸਮਾਜ ਮੋਰਚੇ ਦੇ ਸੀਨੀਅਰ ਆਗੂਆਂ ਨੂੰ ਹੀ ਲੱਗ ਰਿਹਾ ਹੈ ਕਿ ਸਾਨੂੰ ਬਗਾਨਿਆਂ ਦਾ ਸਾਥ ਤਾਂ ਮਿਲ ਰਿਹਾ ਹੈ ਪਰ ਆਪਣੇ ਹੀ ਸ਼ਾਇਦ ਲੱਤਾਂ ਖਿੱਚਣ 'ਚ ਲੱਗੇ ਹੋਏ ਨੇ। ਸੋ ਅਸੀਂ ਹੁਣ ਗੱਲ ਕਰਨ ਜਾ ਰਹੇ ਹਾਂ ਕੁਲਵੰਤ ਸਿੰਘ ਸਰਪੰਚ ਤ੍ਰਿਪੜੀ ਦੇ ਨਾਲ, ਜਿਨ੍ਹਾਂ ਨੂੰ ਲੱਗ ਰਿਹਾ ਕਿ ਕਿਸਾਨਾਂ ਨੂੰ ਜੇ ਕੋਈ ਖਰਾਬ ਕਰ ਰਿਹਾ ਸ਼ਾਇਦ ਕਿਸਾਨ ਹੀ ਨੇ। ਸੋ ਕੁਲਵੰਤ ਸਿੰਘ ਜੀ, ਤੁਹਾਨੂੰ ਇੱਦਾਂ ਕਿਉਂ ਲੱਗ ਰਿਹਾ ਕਿ ਆਪਣੇ ਹੀ ਖਰਾਬ ਕਰ ਰਹੇ ਨੇ? ਬਾਈ ਜੀ, ਗੱਲ ਇੱਕ ਨਾ ਇਹ ਵੀ ਜੇ ਅਸੀਂ ਕੈਂਡੀਡੇਟਾਂ ਦੇ ਨਾਲ ਜਾਂਦੇ ਹਾਂ ਪਿੰਡਾਂ ਦੇ ਵਿੱਚ, ਬਹੁਤ ਵਧੀਆ ਹੰਗਾਰਾ ਦੇ ਰਹੇ ਹਾਂ, ਲੋਕ ਗੱਲ ਵੀ ਸੁਣ ਰਹੇ ਹਾਂ, ਪਰ ਜੇ ਜਿਹੜੀਆਂ ਸਾਡੀਆਂ ਜਥੇਬੰਦੀਆਂ ਏ, ਦੇਖੋ 22 ਜਥੇਬੰਦੀਆਂ ਨੇ ਜਿਹੜਾ ਮੋਰਚਾ ਬਣਾਇਆ ਏ, ਉਹਨਾਂ ਵਿੱਚ ਵੀ ਕੁਛ ਸੱਜ ਜਿਹੜੀਆਂ ਪਿੱਛੇ ਬੈਠੀਆਂ ਏ, ਉਹਨਾਂ ਨੂੰ ਅੱਗੇ ਆ ਕੇ ਪ੍ਰਚਾਰ ਕਰਨਾ ਚਾਹੀਦਾ ਸੀਗਾ ਵੀ ਜੇ ਉਹਨਾਂ ਨੇ ਮੋਰਚੇ ਦਾ ਸਾਥ ਦਿੱਤਾ ਸੀਗਾ, ਜੇ ਇਲੈਕਸ਼ਨ ਨੀਤੀ ਲੱਗਣੀ ਤਾਂ ਉਹਨਾਂ ਨੂੰ ਅੱਜ ਪ੍ਰਚਾਰ ਵਾਸਤੇ ਅੱਗੇ ਆਉਣਾ ਚਾਹੀਦਾ ਸੀਗਾ। ਦੂਜੀ ਗੱਲ ਜਿਹੜੀਆਂ, ਤੁਹਾਡਾ ਇਸ਼ਾਰਾ ਗੁਰਨਾਮ ਸਿੰਘ ਚੜੂੰਦੀ ਵੱਲ ਤਾਂ ਨਹੀਂ? ਨਹੀਂ, ਗੁਰਨਾਮ ਸਿੰਘ ਚੜੂੰਦੀ ਤਾਂ ਆਪਣਾ ਪ੍ਰਚਾਰ ਕਰ ਰਿਹਾ ਹੈ, ਉਹਨਾਂ ਨੇ ਆਪਣੇ ਕੈਂਡੀਡੇਟ ਵੀ ਦਿੱਤੇ ਆ, ਹੋਰ ਕਈ ਜਥੇਬੰਦੀਆਂ ਜਿਹੜੀਆਂ ਅੱਜ ਪਿੱਛੇ ਬੈਠੀਆਂ, ਪਿੱਛੇ ਬੈਠ ਕੇ ਦੇਖ ਰਹੇ ਹਾਂ ਵੀ ਅਸੀਂ ਕਿਆ ਕਰੀਏ ਕਿਆ ਨਾ ਕਰੀਏ। ਨਾਮ ਲੈਣਾ ਚਾਹੋਗੇ ਕੁਝ ਜਥੇਬੰਦੀਆਂ ਦੇ? ਨਹੀਂ, ਮੈਂ ਨਾਂ ਕਿਸੇ ਦਾ ਨਹੀਂ ਲੈਣਾ ਚਾਹੁੰਦਾ, ਨਾਂ ਮੈਂ ਜਿਹੜੀਆਂ ਬਾਹਰ ਬੈਠੀਆਂ, ਜਿਹੜੀਆਂ 7 ਜਥੇਬੰਦੀਆਂ ਬਾਹਰ ਆ, ਮੈਂ ਉਹਨਾਂ ਨੂੰ ਵੀ ਕਹਿਣਾ ਹੈ ਜਿਹੜੀਆਂ ਉਹ ਜਥੇਬੰਦੀਆਂ ਏ, ਉਹ ਕਿਹਦੀ ਸਪੋਰਟ ਕਰੂੰਗੇ? ਅੱਜ ਤੱਕ ਉਹ ਸਟੇਜਾਂ ਪਰ ਖੜ ਖੜ ਕੇ ਹਰ ਇੱਕ ਪਾਰਟੀ ਨੂੰ ਗਾਲਾਂ ਦਿੱਤੀਆਂ, ਉਹਨਾਂ ਨੇ ਹਰ ਇੱਕ ਪਾਰਟੀ ਨੂੰ ਮੰਦਾ ਬੋਲਿਆ। ਅੱਜ ਉਹਨਾਂ ਦੇ ਜਿਹੜੇ ਹੇਠਲੇ ਵਰਕਰ ਆ, ਕਿਸਾਨਾਂ ਨਾਲ ਤੁਰੇ ਨਹੀਂ, ਕਿਸਾਨਾਂ ਨਾਲ ਤੁਰੇ ਨਹੀਂ ਹੈਗੇ, ਦੂਜੀਆਂ ਪਾਰਟੀਆਂ ਨਾਲ ਤੁਰੇ ਵੇ ਆ, ਕੋਈ ਆਪ ਨਾਲ ਤੁਰਿਆ ਵਿਆ, ਕੋਈ ਅਕਾਲੀ ਦਲ ਨਾਲ ਤੁਰਿਆ ਵਿਆ, ਕੋਈ ਕਾਂਗਰਸ ਨਾਲ ਤੁਰਿਆ ਵਿਆ। ਇਹਦਾ ਮਤਲਬ ਉਹ ਆਪਣੇ ਵਰਕਰਾਂ ਨੂੰ ਕਿੱਥੇ ਦੇਖਣਾ ਚਾਹੁੰਦੇ ਆ? ਜਦੋਂ ਕਿਸਾਨ ਮੋਰਚੇ ਨੇ ਕੈਂਡੀਡੇਟ ਦਿੱਤੇ ਆ, ਕਾਲੀ 'ਚ ਮੋਰਚਾ ਬਣਿਆ ਏ, ਕਾਲੀ ਦੇ ਵਿੱਚ ਫੈਸਲੇ ਲਏ ਆ, ਕੈਂਡੀਡੇਟ ਇੰਨੇ ਵਧੀਆ ਦਿੱਤੇ ਆ, ਕਈ ਕੈਂਡੀਡੇਟ ਬਿਲਕੁਲ ਗਰੀਬ ਆ ਜਿਨ੍ਹਾਂ ਕੋਲ ਵਿਚਾਰਿਆਂ ਕੋਲ ਪੋਸਟਰ ਛਪਾਉਣ ਜੋਗੇ ਪੈਸੇ ਨਹੀਂ ਹੈਗੇ, ਪਰ ਲੋਕਾਂ ਕੰਨੀ ਤੋਂ ਕੋਈ ਕਸਰ ਨਹੀਂ ਹੈਗੀ ਵੀ ਜੇ ਜਿਹੜੇ ਸਮਾਜ ਮੋਰਚੇ ਦਾ ਨਹੀਂ ਸਾਥ ਦੇ ਰਹੇ, ਲੋਕ ਸਾਥ ਦੇ ਰਹੇ ਆ, ਜਿਹੜੇ ਸਾਡੇ ਲੀਡਰ ਆ ਉਹਨਾਂ ਨੂੰ ਵੀ ਇੱਕ ਹੋਣਾ ਚਾਹੀਦਾ ਏ ਜੇ ਅਸੀਂ ਮੋਰਚਾ ਬਚਾ ਕੇ ਰੱਖਣਾ ਏ। ਦੇਖੋ, ਜਿਹੜੀਆਂ ਜਥੇਬੰਦੀਆਂ ਇਲੈਕਸ਼ਨ ਲੱਗ ਰਹੀਆਂ ਏ, ਉਹਨਾਂ ਨੂੰ ਇਲੈਕਸ਼ਨ ਲੜਨ ਲੱਗਣਾ ਚਾਹੀਦਾ ਸੀਗਾ, ਬਾਕੀ ਚੁੱਪ ਕਰਕੇ ਬਹਿ ਜਾਂਦੇ। ਜਿਹੜੇ ਉਹਨਾਂ ਨੇ ਟੈਲੀਵਿਜ਼ਨਾਂ ਪਰ ਆ ਕੇ ਬਿਆਨ ਦਿੱਤੇ ਆ, ਉਹ ਇੱਕ ਮੋਰਚੇ ਨੂੰ ਵੀ ਢਾਹ ਲਾਈ ਆ ਉਹਨਾਂ ਨੇ। ਫਿੱਕ ਪੈ ਰਹੀ ਆ ਮੋਰਚੇ 'ਚ ਇਸ ਸਾਲ? ਕਿਸਾਨ ਮੋਰਚੇ 'ਚ ਵੀ ਫਿੱਕ ਪੈ ਰਹੀ ਆ ਉਹਦੇ ਨਾਲ। ਦੇਖੋ, ਜਿਹੜੀਆਂ ਜੇ ਕੁਛ ਪਾਰਟੀਆਂ ਇਲੈਕਸ਼ਨ ਲੜਨਾ ਚਾਹੁੰਦੀਆਂ ਤਾਂ ਉਹਨਾਂ ਨੂੰ ਵੈਲਕਮ ਕਰਦੇ, ਲਗਨ ਦਿੰਦੇ ਉਹਨਾਂ ਨੂੰ, ਆਪ ਨਹੀਂ ਤਾਂ ਲੱਗਣਾ ਚਾਹੁੰਦੇ ਚੁੱਪ ਕਰ ਜਾਂਦੇ, ਆਪਣੇ ਵਰਕਰਾਂ ਨੂੰ ਕਹਿੰਦੇ ਵੀ ਤੁਸੀਂ ਜਿੱਥੇ ਮਰਜ਼ੀ ਜਾਓ। ਪਰ ਗੱਲ ਇਹ ਆ ਵੀ ਅੰਦਰ ਖਾਤੇ ਕੁਛ ਜਥੇਬੰਦੀਆਂ ਹੀ ਹੈ ਜੀਆਂ ਵੀ ਆ ਜਿਹੜੀਆਂ ਕਹਿੰਦੀਆਂ ਵੀ ਸਮਾਜ ਮੋਰਚੇ ਦੇ ਕੈਂਡੀਡੇਟ ਨੂੰ ਵੋਟ ਹੈਗਾ, ਝੋਰਾ ਹੈਗਾ ਵੀ ਸਾਨੂੰ ਅਸਰ ਪਊਗਾ, ਤਾਂ ਬਈ ਸਫਲਤਾ ਘੱਟ ਮਿਲੂਗੀ ਲੱਗਦਾ, ਅਸਰ ਪਊਗਾ? ਦੇਖੋ, ਝੋਰਾ ਤਾਂ ਕੋਈ ਨਹੀਂ ਹੈਗਾ, ਕਿਸਾਨ ਜਥੇਬੰਦੀਆਂ ਜਿਹੜੀਆਂ ਪਹਿਲਾਂ ਸੀਗੇ, ਪਹਿਲਾਂ ਵੀ ਦਿੱਲੀ ਮੋਰਚਾ ਲੋਕਾਂ ਨੇ ਜਿੱਤਿਆ ਏ, ਜਿਹੜਾ ਹੁਣ ਸਮਾਜ ਮੋਰਚਾ ਬਣਿਆ ਏ ਉਹ ਵੀ ਲੋਕਾਂ ਨੇ ਜਿੱਤਣਾ ਏ, ਠੀਕ ਹੈ ਕਿ ਨਹੀਂ? ਲੀਡਰ ਚਾਹੇ ਕੁਛ ਕਹੀ ਜਾਵੇ, ਮੋਰਚਾ ਉਹਨਾਂ ਨੇ ਜਿੱਤਣਾ ਏ। ਰਾਜੇਵਾਲ ਸਾਹਿਬ ਨੇ ਇੱਕ ਬਹੁਤ ਵਧੀਆ ਪਹਿਲਕਦਮੀ ਕਰੀ ਆ ਵੀ ਸਧਾਰਨ ਵਾਸਤੇ, ਅਸੀਂ ਸਟੇਜ ਪਰ ਖੜ੍ਹ ਕੇ ਕਹਿੰਦੇ ਹੁੰਦੇ ਸੀਗੇ ਵੀ ਇੱਕ ਮੋਰਚਾ ਅਸੀਂ ਜਿੱਤ ਲਿਆ, ਦੂਆ ਪੰਜਾਬ ਜਾ ਕੇ ਜਿੱਤੂਗੇ, ਜਦ ਹੁਣ ਜਿੱਤਣ ਦੀ ਵਾਰੀ ਆਈ ਹੁਣ ਪਿੱਛੇ ਕਿਉਂ ਹਟ ਗਏ? ਫਿਰ ਜਿਹੜੇ ਨਾਲ ਤੁਰ ਰਹੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ? ਨਾਲ ਨਹੀਂ ਤੁਰ ਰਹੇ ਜਿਹੜੇ ਨਾਲ ਨਹੀਂ ਤੁਰਨੇ, ਮੈਂ ਉਹਨਾਂ ਨੂੰ ਹੁਣ ਹਲੇ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਤੁਸੀਂ ਆਪਣੇ ਗੁੱਸੇ ਗਿੱਲੇ ਛੱਡ ਕੇ ਮੋਰਚੇ ਦਾ ਸਾਥ ਦਿਓ, ਜਿਹੜੇ ਕਿਸਾਨ ਲੀਡਰ ਖੜ੍ਹੇ ਆ ਉਹਨਾਂ ਦਾ ਸਾਥ ਦਿਓ ਜੇ ਆਪਾਂ ਕਿਸਾਨ ਮੋਰਚਾ ਬਣਾ ਕੇ ਰੱਖਣਾ ਹੈ। ਦੇਖੋ, ਕੱਲ੍ਹ ਨੂੰ ਜਿੱਤਾਂ ਹਾਰਾਂ ਬਣੀਆਂ ਵਿਆ, ਸਾਨੂੰ ਮੋਰਚਾ ਇਕੱਠਾ ਰੱਖਣਾ ਬਹੁਤ ਵੱਡੀ ਜ਼ਰੂਰਤ ਆ। ਕੀ ਲੱਗਦਾ ਫਿਰ ਇੱਦਾਂ ਮੋਰਚਾ ਵੀ ਖਿੰਡ ਸਕਦਾ ਕੱਲ੍ਹ ਨੂੰ? ਖਿੰਡ ਸਕਦਾ ਜੀ, ਬਿਲਕੁਲ ਖਿੰਡ ਸਕਦਾ ਹੈ, ਜਾਂ ਜਿਹੜੀ ਉਹਨਾਂ ਦੀ ਗੱਲਬਾਤ ਆ ਲੀਡਰਾਂ ਦੀ, ਜੇ ਸਾਥ ਨਹੀਂ ਦਊਂਗੇ ਤਾਂ ਖਿੰਡ ਸਕਦਾ ਹੈ, ਜੇ ਅੱਜ ਅਸੀਂ ਉਹਨਾਂ ਦਾ ਸਾਥ ਨਹੀਂ ਦਊਂਗੇ ਉਹ ਕੱਲ੍ਹ ਨੂੰ ਸਾਡੇ ਨਾਲ ਕਿੱਥੇ ਖੜੂਗੇ? ਤੁਹਾਨੂੰ ਨਹੀਂ ਲੱਗਦਾ ਜੇ ਪ੍ਰੈਸ਼ਰ ਗਰੁੱਪ ਮਿਲਿਆ ਰਹਿੰਦਾ ਤਾਂ ਜ਼ਿਆਦਾ ਆਧਾਰ ਹੋਣਾ ਸੀ ਤੁਹਾਡਾ ਪੰਜਾਬ 'ਚ? ਆਪਾਂ ਕਿੰਨੀ ਕੁ ਦੇਰ ਪ੍ਰੈਸ਼ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਵੀ ਜੇ ਪ੍ਰੈਸ਼ਰ ਗਰੁੱਪ ਬਣਵਾ ਕੇ ਲੈਂਦੇ, ਪਰ ਪ੍ਰੈਸ਼ਰ ਗਰੁੱਪ 'ਚ ਵੀ ਆਪਾਂ ਕਿੰਨੀ ਕੁ ਦੇਰ ਦੇਖ ਲਉਂਗੇ? ਕਿੰਨਾ ਕੁ ਚਿਰ ਆਪਾਂ, ਤੁਸੀਂ ਦੇਖ ਰਹੇ ਹਾਂ ਵੀ ਪੰਜਾਬ ਦੇ ਹਾਲਾਤ ਕਿੰਨੇ ਮਾੜੇ ਹੋਏ ਵੇ ਆ, ਕਿੰਨਾ ਲੋਕ ਤੰਗ ਹੋਏ ਵੇ ਸੀਗੇ ਇਹਨਾਂ ਰਵਾਇਤੀ ਪਾਰਟੀਆਂ 'ਤੇ। ਸਾਨੂੰ ਪਹਿਲਕਦਮੀ ਕਰਨੀ ਚਾਹੀਦੀ ਸੀਗੀ, ਜਿਹੜੀ ਇਹ ਸਮਾਜ ਮੋਰਚੇ ਨੇ ਪਹਿਲਕਦਮੀ ਕਰੀ ਆ ਬਿਲਕੁਲ ਸਹੀ ਕਰੀ ਆ, ਕੋਈ ਗਲਤ ਨਹੀਂ ਕਰੀ ਹੈਗੀ। ਬਾਕੀ ਲੀਡਰਾਂ ਨੂੰ ਵੀ ਮੇਰੀ ਬੇਨਤੀ ਆ ਵੀ ਹਲੇ ਵੀ ਡੁੱਲੇ ਵੇਲਾਂ ਦਾ ਕੁਛ ਨਹੀਂ ਵਿਗੜਿਆ ਹੈਗਾ, ਤੁਸੀਂ ਮੋਰਚੇ ਦੇ ਕੈਂਡੀਡੇਟਾਂ ਨਾਲ ਆ ਕੇ ਖੜੋ। ਸੋ ਕੁਲਵੰਤ ਸਿੰਘ ਉਹਨਾਂ ਨੇ ਸਾਫ਼ ਕੀਤਾ ਹੈ ਕਿ ਮੋਰਚੇ ਨੂੰ ਇਹਦੇ ਨਾਲ ਫਰਕ, ਜਿਹੜੇ ਬਾਕੀ ਸਾਥ ਨਹੀਂ ਦੇ ਰਹੇ ਉਹ ਲੋਕਾਂ 'ਚ ਦੇ ਵਿੱਚ ਜਿਹੜਾ ਗਲਤ ਮੈਸੇਜ ਆ ਰਿਹਾ ਉਸ ਚੀਜ਼ ਨੂੰ ਦੂਰ ਕਰਦੇ ਹੋਏ ਸਭ ਨੂੰ ਸਮਾਜ ਦੇ ਨਾਲ ਆ ਕੇ ਖੜ੍ਹਨਾ ਚਾਹੀਦਾ, ਕਿਸਾਨੀ ਮੋਰਚੇ ਨਾਲ ਆ ਕੇ ਖੜ੍ਹਨਾ ਚਾਹੀਦਾ, ਤਾਂ ਕਿ ਜਿਹੜਾ ਇੱਕ ਉਹ ਮਕਸਦ ਲੈ ਕੇ ਤੁਰੇ ਨੇ ਪੰਜਾਬ ਨੂੰ ਬਦਲਣ ਦਾ ਉਹ ਪੂਰਾ ਹੋ ਸਕੇ। ਵਿਜੇ ਕਰਨ ਦੇ ਨਾਲ ਬਲਜੀਤ ਮਰਵਾਹਾ, ਸਕਰੋਲ ਪੰਜਾਬ, ਚੰਡੀਗੜ੍ਹ।